ਪਹਿਲੇ ਤਾਂ ਹਰਿਆਲੀ ਤੀਜ ਦੀ ਸਾਰੀਆਂ ਭੈਣਾਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ, ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਅੱਜ ਅਸੀਂ ਇੱਥੇ ਤੀਜ ਦਾ ਮੇਲਾ ਅਨਮੋਲ ਯੋਗ ਸੇਵਾ ਸਮਿਤੀ ਵੱਲੋਂ ਲਗਾਇਆ ਜਾ ਰਿਹਾ। ਇਹ ਪਿਛਲੇ ਅਸੀਂ ਘੱਟ ਤੋਂ ਘੱਟ 8 ਸਾਲਾਂ ਤੋਂ ਤੀਜ ਹਰਿਆਲੀ ਤੀਜ ਮਨਾ ਰਹੇ ਹਾਂਗੇ। ਔਰ ਪੂਰੇ ਮੋਗੇ ਦੀਆਂ ਮਹਿਲਾਵਾਂ ਨੂੰ ਇੱਥੇ ਸੱਦਿਆ ਗਿਆ ਹੈਗਾ, ਭੈਣਾਂ ਸਖੀਆਂ ਨੂੰ ਸੱਦਿਆ ਗਿਆ ਹੈਗਾ। ਔਰ ਇਹ ਹਰ ਸਾਲ ਅਸੀਂ ਲਗਾਉਂਦੇ ਹਾਂਗੇ ਫਰੀ ਆਫ ਕੋਸਟ, ਨਿਸ਼ੁਲਕ, ਕਿਉਂਕਿ ਅੱਜ ਕੱਲ੍ਹ ਟ੍ਰੈਂਡ ਬਦਲ ਚੁੱਕੇ ਹੈਗੇ। ਹੋਟਲਾਂ ਦੇ ਵਿੱਚ, ਰੈਸਟੋਰੈਂਟ ਦੇ ਵਿੱਚ ਜਾ ਕੇ ਪੇੜ ਤੀਆਂ ਲਗਾਈਆਂ ਜਾਂਦੀਆਂ, ਪਰ ਆਮ ਘਰਾਂ ਦੀਆਂ ਔਰਤਾਂ ਦਾ ਵੀ ਨੱਚਣ ਨੂੰ ਦਿਲ ਕਰਦਾ, ਉਹ ਆਪਣਾ ਇੰਨੀ ਇੰਨੀ ਕੋਸਟ, ਯਾਨੀ 1,000-2,000 ਰੁਪਏ ਪੇ ਨਹੀਂ ਕਰ ਪਾਉਂਦੀਆਂ। ਇਸੇ ਕਰਕੇ ਮੈਂ ਹਰ ਸਾਲ ਇਹ ਛੋਟਾ ਜਿਹਾ ਉਪਰਾਲਾ ਕਰਦੀ ਹਾਂ ਕਿ ਪੂਰਾ ਆਪਣੇ ਮੋਗੇ ਦੀਆਂ ਭੈਣਾਂ ਨੂੰ, ਸਖੀਆਂ ਨੂੰ ਨਚਾ ਸਕਾਂ। ਇਸੇ ਕਰਕੇ ਨਿਸ਼ੁਲਕ ਅਸੀਂ ਤੀਜ ਮੇਲਾ ਲਗਾਉਂਦੇ ਹਾਂ ਹਰ ਸਾਲ। ਪੰਜਾਬੀ ਕਲਚਰ ਨੂੰ ਯਾਦ ਕਰਨ ਦਾ ਤਿਉਹਾਰ ਹੈ ਤੀਜ ਦਾ, ਬਿਲਕੁਲ ਪਿਆਰਾ ਬਣ ਕੇ ਆਉਂਦੀਆਂ ਲੇਡੀ। ਦੇਖੋ ਤੀਜ ਦਾ ਤਿਉਹਾਰ, ਤੀਜ ਦਾ ਮਤਲਬ ਹੁੰਦਾ ਸੀ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਸੀ, ਔਰ ਸਾਵਣ ਦੇ ਮਹੀਨੇ, ਸਾਉਣ ਦੇ ਮਹੀਨੇ ਵਿੱਚ ਉਹ ਆਪਣੇ ਪੇਕੇ ਘਰ ਆਉਂਦੀਆਂ ਸੀ, ਅਤੇ ਫਿਰ ਸਾਰੀਆਂ ਸਖੀਆਂ ਇਕੱਠੀਆਂ ਹੋ ਜਾਂਦੀਆਂ ਸੀ। ਜਦੋਂ ਇਕੱਠੀਆਂ ਆਉਂਦੀਆਂ ਸੀ ਤਾਂ ਉਹਨੂੰ ਕਹਿੰਦੇ ਸੀ ਤੀਆਂ ਲੱਗ ਗਈਆਂ, ਅਤੇ ਉਹ ਇਕੱਠੀਆਂ ਹੋ ਕੇ ਨੱਚਦੀਆਂ ਸੀ, ਹੱਸਦੀਆਂ ਸੀ, ਗਾਉਂਦੀਆਂ ਸੀ, ਸੋਹਲੇ ਗਾਉਂਦੀਆਂ ਸੀ, ਆਪਦੇ ਦੁੱਖੜੇ ਗਾਉਂਦੀਆਂ ਸੀ, ਅਤੇ ਬਸ ਆਪਦੇ ਦੁੱਖਾਂ ਨੂੰ ਵੀ ਉਹ ਗੀਤਾਂ ਵਿੱਚ ਪਰੋ ਦਿੰਦੀਆਂ ਸੀ। ਤਾਂ ਗੀਤਾਂ ਦੇ ਵਿੱਚ ਜਦੋਂ ਦੁੱਖੜੇ ਪਰਾਉਂਦੀਆਂ ਸੀ, ਉਹ ਦੁੱਖ ਵੀ ਨਹੀਂ ਸੀ ਰਹਿੰਦੇ, ਯਾਨੀ ਆਪਣੇ ਸਾਰੇ ਦੁੱਖ ਭੁਲਾ ਦਿੰਦੀਆਂ ਸੀ। ਇਹੀ ਤੀਜ ਦੇ ਮੇਲੇ ਦੀ ਰੌਣਕ ਹੈ, ਔਰ ਪੰਜਾਬ ਦੀ ਇਹ ਸ਼ਾਨ ਹੈ ਤੀਜ ਦਾ ਮੇਲਾ, ਕਿਉਂਕਿ ਇਹ ਮੁਟਿਆਰਾਂ ਦਾ ਤਿਉਹਾਰ ਹੈ। ਆਮ ਤੌਰ 'ਤੇ ਪਹਿਲਾਂ ਦੇਖਿਆ ਜਾਂਦਾ ਸੀ ਬਾਗਾਂ ਦੇ ਵਿੱਚ ਕਿੰਨੀਆਂ ਸੋਚਦੀਆਂ ਸੀ ਮੁਟਿਆਰਾਂ, ਹੁਣ ਉਹ ਕਿੰਨੀਆਂ ਨਜ਼ਰ ਨਹੀਂ ਆਉਂਦੀਆਂ। ਜੇ ਕਹੀਏ ਤਾਂ ਪੰਜਾਬੀ ਦੀ ਜੋ ਸ਼ਾਨ ਸੀ, ਅੱਜ ਕੱਲ੍ਹ ਸਾਰੇ ਹੀ ਤਿਉਹਾਰ ਲੁਪਤ ਹੁੰਦੇ ਜਾ ਰਹੇ ਹੈ। ਇਹੀ ਕਾਰਨ ਹੈ ਕਿ ਅਸੀਂ ਇਕੱਲੀ ਮੈਂ ਹੀ ਨਹੀਂ ਕਹਾਂਗੀ, ਜਿੰਨੀ ਵੀ NGOs ਹੈ ਉਹ ਕੋਸ਼ਿਸ਼ ਕਰਦੇ ਹੈ ਜਿੰਨੇ ਵੀ ਸਾਡੇ ਪੰਜਾਬੀ ਤਿਉਹਾਰ ਹੈ ਉਹਨਾਂ ਨੂੰ ਅਸੀਂ ਮਨਾਈਏ, ਔਰ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਇਸ ਦੇ ਜਾਣੂ ਕਰਵਾਈਏ ਇਸ ਤੋਂ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਪਿਛੋਕੜ ਕੀ ਸੀ, ਉਹ ਭੁੱਲਣ ਨਾ। ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਅੱਜ ਬਹੁਤ ਸੇ ਬਜ਼ੁਰਗ ਔਰਤਾਂ ਵੀ ਆਈਆਂ ਹੋਈਆਂ, ਅੱਜ ਉਹਨਾਂ ਨੂੰ ਦੇਖ ਕੇ ਸਾਨੂੰ ਇਹ ਲੱਗਦਾ ਕਿ ਕਿਸੇ ਟਾਈਮ ਇਹ ਤੀਆਂ ਲਾਉਂਦੀਆਂ ਹੋਣਗੀਆਂ ਆਪਣੀ ਸਹੇਲੀਆਂ ਨਾਲ, ਸਾਨੂੰ ਵੀ ਉਹ ਮੌਕਾ ਮਿਲ ਰਿਹਾ ਹੈਗਾ ਉਹਨਾਂ ਨਾਲ ਟਾਈਮ ਸਪੈਂਡ ਕਰਨ ਦਾ, ਔਰ ਬਹੁਤ ਅੱਛਾ ਲੱਗ ਰਿਹਾ ਅੱਜ ਤੀਆਂ ਦਾ ਤਿਉਹਾਰ ਸੀ। ਬਾਣਾ ਜੀ, ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ, ਲੇਡੀਜ਼ ਮੁਟਿਆਰਾਂ ਬਣ ਕੇ ਪੰਜਾਬੀ ਵਿੱਚ ਦਿਖਾਉਂਦੀਆਂ, ਇੱਥੇ ਪਹੁੰਚੀਆਂ, ਗਿੱਧਾ ਬੋਲੀਆਂ, ਭੰਗੜਾ ਪਾ ਰਹੇ, ਕੀ ਗਾਉਂਦੇ? ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ, ਚਾਹੇ ਉਹ ਮੇਰੀਆਂ ਭੈਣਾਂ ਮੋਗੇ ਦੀਆਂ, ਚਾਹੇ ਪੰਜਾਬ ਦੀਆਂ, ਚਾਹੇ ਮੇਰੇ ਬਹੁਤ ਹੀ ਸੋਹਣੇ ਭਾਰਤ ਦੇਸ਼ ਦੀਆਂ, ਸਾਰਿਆਂ ਨੂੰ ਮੈਂ ਅੱਜ ਤੀਆਂ ਦੀਆਂ ਦਿਲੋਂ ਬਹੁਤ ਬਹੁਤ ਵਧਾਈਆਂ ਦਊਂਗੀ। ਅਤੇ ਤੀਆਂ ਦਾ ਜਿਹੜਾ ਤਿਉਹਾਰ ਹੈ, ਇਹ ਸਾਰੀਆਂ ਭੈਣਾਂ ਬੜਾ ਹੁੰਮ ਹੁਮਾ ਕੇ ਤਿਉਹਾਰ ਨੂੰ ਮਨਾਉਂਦੀਆਂ, ਕਿਉਂਕਿ ਅੱਜ ਦਾ ਜਿਹੜਾ ਤਿਉਹਾਰ ਹੈ ਇਹਦੇ ਵਿੱਚ ਜਿਹੜੀਆਂ ਕੁੜੀਆਂ ਉਹ ਆਪਣੇ ਪੇਕੇ ਜਾਂਦੀਆਂ, ਪੇਕੇ ਜਾ ਕੇ ਕਹਿੰਦੇ ਆ ਸੌਣ ਦੇ ਝੂਲੇ ਪੈਂਦੇ ਆ, ਖੀਰ ਪੂੜੇ ਖਾਂਦੀਆਂ। ਪੰਜਾਬ ਦੇ ਵਿੱਚ ਇਹ ਤਿਉਹਾਰ ਜਿਹੜਾ ਹੈਗਾ ਮੇਨ ਤਿਉਹਾਰ ਪੰਜਾਬ ਦਾ, ਅਤੇ ਇਹਨੂੰ ਸਾਰੇ ਬੜੇ ਖੁਸ਼ੀ ਨਾਲ ਮਨਾਉਂਦੇ ਆ। ਅਤੇ ਤੁਸੀਂ ਦੇਖਿਆ ਹੋਊਗਾ ਪਿੱਛੇ ਕਿੰਨੇ ਢੋਲ ਵੱਜ ਰਹੇ ਆ, ਅਤੇ ਪੰਜਾਬੀ ਦਾ ਜਿੰਨਾ ਵੀ ਕਲਚਰ ਹੈ ਉਹ ਇੱਥੇ ਡਿਸਪਲੇ 'ਤੇ ਹੈ, ਅਤੇ ਆਪਾਂ ਸਾਰੇ ਆਪਣੇ ਕਲਚਰ ਨੂੰ ਯਾਦ ਕਰਕੇ ਇਹ ਤਿਉਹਾਰ ਮਨਾਉਂਦੇ ਹਾਂ। ਪੰਜਾਬੀ ਕਲਚਰ ਜਿਹੜਾ ਖਤਮ ਹੁੰਦਾ ਜਾ ਰਿਹਾ, ਉਹਨੂੰ ਯਾਦ ਕਰਨ ਲਈ ਜਿਹੜੀਆਂ
ਹਾਂ ਉਹ ਤਾਂ ਨਹੀਂ ਮਿਲਦੀਆਂ, ਪਰ ਮੈਂ ਕਹਿੰਦੀ ਹਾਂ ਫਿਰ ਵੀ ਜੇ ਸਮੇਂ ਸਮੇਂ 'ਤੇ ਆਪਾਂ ਆਪਣੇ ਸੰਸਕ੍ਰਿਤੀ ਨੂੰ ਆਪਣੇ ਕਲਚਰ ਨੂੰ ਜਾਗਰੂਕ ਰੱਖਣ ਵਾਸਤੇ ਇਹੋ ਜਿਹੇ ਉਪਰਾਲੇ ਕਰੀਏ ਤਾਂ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਕੁਛ ਪਤਾ ਲੱਗੂਗਾ ਕਿ ਸਾਡੇ ਤਿਉਹਾਰ ਕੀ ਹੈ। ਜਿਵੇਂ ਅੱਜ ਮੈਂ ਤਿਆਰ ਹੋ ਕੇ ਆਉਣ ਲੱਗੀ ਤਾਂ ਮੇਰੇ ਬੇਟੇ ਨੇ ਮੈਨੂੰ ਪੁੱਛਿਆ ਕਿ ਮੰਮਾ ਤੀਜ ਕੀ ਹੁੰਦੀ ਹੈ, ਤਾਂ ਮੈਨੂੰ ਲੱਗਿਆ ਕਿ ਵਾਕਈ ਜੇ ਅੱਜ ਅਸੀਂ ਤਿਆਰ ਨਾ ਹੁੰਦੇ ਤਾਂ ਬੇਟਾ ਪੁੱਛਦਾ ਹੀ ਨਾ ਕਿ ਮੰਮਾ ਤੀਜ ਕੀ ਹੁੰਦੀ ਹੈ। ਤਾਂ ਤੀਆਂ ਦਾ ਤਿਉਹਾਰ ਜਿਹੜਾ ਹੈਗਾ ਸਾਨੂੰ ਸਭ ਨੂੰ ਬੜੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਔਰ ਆਪਣੇ ਕਲਚਰ ਨੂੰ ਜਾਗਰੂਕ ਰੱਖਣਾ ਚਾਹੀਦਾ। ਰੂਟੀਨ ਦੇ ਵਿੱਚ ਤੁਸੀਂ ਦੇਖੋਗੇ ਅਸੀਂ ਕੋਈ ਇਹੋ ਜਿਹੇ ਟਿੱਕੇ ਸਿੱਕੇ ਨਹੀਂ ਲਾਉਂਦੇ, ਇਹੋ ਜਿਹਾ ਸ਼ਾਰ ਸ਼ਿੰਗਾਰ ਨਹੀਂ ਕਰਦੇ, ਹੈ ਨਾ। ਵੈਸਟਰਨਾਈਜ਼ ਦੇ ਜਾਂਦੇ ਕਿਉਂਕਿ ਵੈਸਟਰਨਾਈਜ਼ ਕੱਪੜੇ ਥੋੜ੍ਹੇ ਸੌਖੇ ਲੱਗਦੇ ਆ ਪਾਉਣੇ, ਪਰ ਜਦੋਂ ਇਹੋ ਜਿਹਾ ਤਿਉਹਾਰ ਆਉਂਦਾ ਤਾਂ ਫਟਾਫਟ ਆਪਣੀ ਆਪਣੀ ਵਾਰਡਰੋਬ ਖੋਲ੍ਹਦੇ ਹਾਂ ਅਤੇ ਲੱਭਦੇ ਹਾਂ ਕੋਈ ਇਹੋ ਜਿਹੀ ਚੀਜ਼ਾਂ ਮਿਲਣ ਤਾਂ ਕਿ ਅਸੀਂ ਵੀ ਪੰਜਾਬ ਦੇ ਕਲਚਰ ਦੇ ਵਿੱਚ ਰਸ ਮਸ ਜਾਈਏ ਅਤੇ ਉਹੋ ਜਿਹੀ ਬਣ ਕੇ ਅੱਗੇ ਨਿਕਲੀਏ। ਸਭ ਤੋਂ ਵੱਡਾ ਤੀਆਂ ਦੀਆਂ ਸਭ ਤੋਂ ਵੱਡਾ ਆਪਣਾ ਪੰਜਾਬ ਦੇ ਸਭ ਤੋਂ ਵੱਡਾ ਫੈਸਟੀਵਲ ਹੈ ਕਿ ਜਿਹੜਾ ਆਪਾਂ ਮਨਾ ਰਹੇ ਹਾਂ ਅੱਜ। ਇਹ ਇੱਕ ਤਾਂ ਆਪਣੇ ਮਤਲਬ ਕਿ ਵਿਰਸੇ ਨੂੰ ਯਾਦ ਕਰਦੇ ਹਾਂ ਆਪਾਂ, ਅੱਜ ਕੱਲ੍ਹ ਸਾਰਾ ਕੁਛ ਲੋਕ ਭੁੱਲ ਚੁੱਕੇ ਆ, ਮਾਡਰਨ ਜ਼ਮਾਨੇ ਦੇ ਵਿੱਚ ਆ ਕੇ ਸਾਰਾ ਕੁਛ ਭੁੱਲ ਚੁੱਕੇ ਹਾਂ, ਠੀਕ ਹੈ। ਅਸੀਂ ਵੀ ਬਾਹਰ ਆ ਫੋਰਨ ਦੇ ਵਿੱਚ ਰਹਿੰਦੇ ਹਾਂ, ਇੱਥੇ ਸਪੈਸ਼ਲ ਹੁਣ ਮੈਨੂੰ ਛੁੱਟੀਆਂ ਸੀ, ਮੈਂ ਸਪੈਸ਼ਲ ਇੱਥੇ ਆਈ ਹਾਂ ਕਿ ਹਾਂਜੀ ਤੀਆਂ ਮਨਾਉਣੀਆਂ ਜ਼ਰੂਰ। ਤਾਂ ਇਹ ਇੱਕ ਵਿਰਸਾ ਆਪਣਾ ਪੰਜਾਬ ਵਿਰਸਾ ਵਾ, ਇਹਨੂੰ ਯਾਦ ਕੀਤਾ ਜਾ ਰਿਹਾ, ਤਾਂ ਪਲੀਜ਼ ਇਹਨੂੰ ਯਾਦ ਹੀ ਰੱਖੋ, ਠੀਕ ਹੈ। ਬਹੁਤ ਵਧੀਆ ਲੱਗ ਰਿਹਾ, ਅਸੀਂ ਖੁਦ ਅਸੀਂ ਪੰਜਾਬਣਾ ਬਣ ਕੇ ਆਈ ਹਾਂ ਤੇ ਆਪਣੇ ਵਿਰਸੇ ਨੂੰ ਯਾਦ ਰੱਖੋ। ਇੱਥੇ ਆ ਕੇ ਤਾਂ ਬੰਦਾ ਇਹ ਭੁੱਲ ਜਾਂਦਾ ਹੈ ਕਿ ਉਹ ਘਰੇ ਵੀ ਜਾਂਦਾ। ਬੋਲੀ ਸੁਣਾ ਦੋ ਵਿਦੇਸ਼ ਦੇ ਵਿੱਚ ਵੀ ਰਹਿ ਕੇ ਪੰਜਾਬ ਦੇ ਯਾਦ ਕਰ। ਜੇ ਮੁੰਡੇ ਆਵੇ ਮੈਨੂੰ ਨੱਚਦੀ ਦੇਖਣਾ, ਜੇ ਮੁੰਡੇ ਆਵੇ ਮੈਨੂੰ ਨੱਚਦੀ ਦੇਖਣਾ, ਸੂਟ ਸਵਾ ਦੇ ਫਿੱਟ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚ, ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ। ਮਨਿੰਦਰ ਜੀ, ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਲੇਡੀਜ਼ ਆ ਜਿਹੜੀਆਂ ਗਿੱਧਾ ਬੋਲੀਆਂ ਭੰਗੜਾ ਪਾ ਰਹੀਆਂ, ਕੀ ਕਹੋਗੇ ਇਸ ਮੌਕੇ? ਇਹ ਜੀ ਇੱਕ ਬੜਾ ਮਤਲਬ ਵਧੀਆ ਹੁੰਦਾ ਵਾ ਫੰਕਸ਼ਨ ਹੁੰਦਾ ਤੀਆਂ ਦਾ, ਜਿਹਦੇ ਵਿੱਚ ਸਾਰੀਆਂ ਜਿਹੜੀਆਂ ਕੁੜੀਆਂ ਨੇ ਆਟੀਆਂ ਜਿਹੜੇ ਵਿਆਹੀਆਂ ਵੀ ਜਾਂਦੀਆਂ ਨੇ ਔਰ ਆਪਦੇ ਪੇਕੇ ਜਦੋਂ ਆਉਂਦੀਆਂ ਨੇ ਤੇ ਉਹ ਇਕੱਠੀਆਂ ਹੋ ਕੇ ਇੱਕ ਥਾਂ ਦੇ ਉੱਪਰ ਬੈਠ ਕੇ ਪਿੰਗਾ ਝੂਟਦੀਆਂ ਨੇ, ਚਰਖਾ ਕੱਤਦੀਆਂ ਨੇ ਔਰ ਗਿੱਧਾ ਪਾਉਂਦੀਆਂ ਨੇ, ਭੰਗੜਾ ਪਾਉਂਦੀਆਂ ਨੇ, ਆਪਦੀ ਖੁਸ਼ੀ ਪ੍ਰਗਟਾਉਂਦੀਆਂ ਨੇ, ਜਿਹਦੇ ਨਾਲ ਕੀ ਇੱਕ ਬਹੁਤ ਵਧੀਆ ਮਾਹੌਲ ਜਿਹੜਾ ਹੈਗਾ ਵਾ, ਖੁਸ਼ੀ ਦੇ ਹਾਰਮੋਨਸ ਜਿਹੜੇ ਨੇ ਉਹ ਰਿਲੀਜ਼ ਹੁੰਦੇ ਨੇ ਬੋਡੀ ਦੇ ਵਿੱਚ, ਤਾਂ ਬਹੁਤ ਵਧੀਆ ਇੱਕ ਚੀਜ਼ ਹੈਗੀ ਹੈ। ਮੈਂ ਚਾਹੁੰਦੀ ਹਾਂ ਕਿ ਹਰ ਇੱਕ ਨੂੰ ਤੀਜ ਫੰਕਸ਼ਨ ਨੂੰ ਖਾਸ ਕਰਕੇ ਜਿਹੜੀਆਂ ਭੈਣਾਂ ਨੇ ਜ਼ਰੂਰ ਮਨਾਉਣਾ ਚਾਹੀਦਾ ਤਾਂ ਕਿ ਖੁਸ਼ੀ ਦੇ ਹਾਰਮੋਨਸ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੈਗੀ ਹੈ। ਹਾਂਜੀ, ਪੰਜਾਬ ਦਾ ਸਭ ਤੋਂ ਵੱਡਾ ਇਹ ਫੈਸਟੀਵਲ ਹੁੰਦਾ, ਸਭ ਤੋਂ ਵੱਡਾ ਇਹ ਲੋਕ ਨਾਚ ਜਿਹੜਾ